खास खबरां ते अदालती कंपलैक्स नेड़े बने मालखाने के बाहर कूड़े के ढेर चों एक धमाके कारण दहशत फैल गई। जांच अधिकारी ने दस्सिया कि सफाई सेवकां वालों कूड़े के ढेर नूं अग लगा दित्ती गई सी ते उस विच कुछ बोतलां सन जिस कारण उन्हां दे फटण कारण इह धमाका होया है। उन्हां दस्सिया कि इस मामले की पूरी तरह जांच पड़ताल की जा रही ते धमाके की आवाज सुन के अदालती कंपलैक्स लुधियाणा विच मुलाजम अते वकील बाहर आ गए। एक गल ये है कि साढ़े इत्थे सदर मालखाना है, ये चो माल मुकदमा शिफ्ट भी करते हैं तो यदि साफ सफाई करते हुए कुछ कढ़िया होना पुराने समान कूड़ा वगैरह पेपर्स कभी कोई बॉटल होगी एक्साइज एसेंशियल कमोडिटीज एक्ट वाली तो वो जड़ा वेस्ट थी बेसिकली उन्होंने कट्ठा करके सफाई कर कुछ एक बॉटल ब्लास्ट हो गया बाउल प्लेन कोई मतलब इंटेंशन किसी दी ये सिंपली एक बॉटल खाली उधर कोई लिक्विड सी ब्लास्ट होया तो फट गई है ब्लास्ट नहीं है वो बस फट गई कार्ड्स इधर चले गए हैं तो साड़ी अपील कमिश्नरेट सीपी सर वालों यही है ना वेरीफाई कीते न्यूज ना चलाई जाए कोर्ट कंपलैक्स जरा ब्लास्ट है ये सिर्फ एक बॉटल हुई है और कुछ कोई फाउल प्लेन नहीं है बट असी सैबोटेज टीम और वेरीफिकेशन चल रही जिहड़े ट्राई कर रहे थे जी उस बॉटल के जिहड़े टुकड़े छोटे टुकड़े सी उन्होंने पैर गए उन्होंने हॉस्पिटल दिता गया। हाँ जी हाँ जी बिल्कुल जी कर रहे हैं तो चेकिंग नहीं है जी वो तो सिर्फ इतने सफाई मुक्तसर साहिब के नज़दीक पैंदे पिंड वड़िंग विखे बीती रात नशेड़ियों वालों पिंड वड़िंग के शमशान घाट को अपना निशाना बनाया गया। दस दई कि नशेड़ियों वालों संस्कार करने लिए लगाई गई एंगलों नशे की पूर्ति करने लिए चोरी कर ली गई उत्ते ही सवेरे पिंड वासियों के पता लगन के मौके पर पहुंच के शमशान घाट में देखा तो एंगलों चोरी हो चुकी सन। ਪਰ ਜੀ ਕੀ ਕਹਿਣਾ ਚਾਹੋਗੇ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਚੋਰੀ ਹੋਈ ਇਹ ਬਹੁਤ ਹੀ ਘਟੀਆ ਹਰਕਤ ਕੀਤੀ ਆ ਜਿਹੜੇ ਬੰਦੇ ਨੇ ਵੀ ਕੀਤੀ ਆ ਕਿਉਂਕਿ ਸ਼ਮਸ਼ਾਨ ਘਾਟ ਤੱਕ ਨੂੰ ਲੋਕਾਂ ਨੇ ਨਹੀਂ ਬਖਸ਼ਿਆ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਬੰਦਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਗਾਹ ਤੋਂ ਕੋਈ ਵੱਡੀ ਘਟਨਾ ਨਾ ਵਾਪਰੇ। ਕੀ ਕਾਰਨ ਕੀ ਮੰਨਦੇ ਹੋ ਕਿੰਨਾਂ ਦਾ ਚੋਰਾਂ ਵੱਲੋਂ ਕੀਤਾ ਜਾਂ ਕਿਸੇ ਨਸ਼ੇੜੀਆਂ ਦੇ ਵੱਲੋਂ? ਇਹ ਤਾਂ ਨਸ਼ੇੜੀ ਬੰਦੇ ਹੀ ਕਰ ਸਕਦੇ ਆ ਜੀ ਘਟੀਆ ਹਰਕਤ ਹੋਰ ਤਾਂ ਕਿਹਨੇ ਕਰਨੀ ਆ। ਕਿੰਨੀਆਂ ਐਂਗਲਾਂ ਜਿਹੜੀਆਂ ਚੋਰੀ ਕੀਤੀਆਂ ਗਈਆਂ ਜੀ? वजन दसो तक 10 किलो दे आसे पासे वजन हैगा ये बहुत माड़ी गल है। 15 दे आसे पासे लै गया तुसीं हिसाब ला लो भी 15 दे हिसाब नाल भी किन्ना वजन बनदा एक काम हैगा नशे वाले बंदे दा। ਸਾਡੀ ਤਾਂ ਇਹੀ ਬੇਨਤੀ ਹੈ ਸਰਕਾਰ ਮੂਹਰੇ ਵੀ ਤੇ ਪ੍ਰਸ਼ਾਸਨ ਮੂਹਰੇ ਵੀ ਪਾਈਏ ਅਤੇ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੀ ਪੜਤਾਲ ਕੀਤੀ ਜਾਵੇ ਅਤੇ ਬੰਦਿਆਂ ਤੋਂ ਜਿਹੜਾ ਇਹ ਹਰਕਤ ਇਹਨਾਂ ਨੇ ਕੀਤੀ ਹੈ ਇਹਨਾਂ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਨਿੰਦਣਯੋਗ ਹੈ ਅਤੇ ਭਗਵੰਤ ਮਾਨ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਚੋਣੇ ਵਿਖੇ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਬੀਤੀ ਦੇਰ ਰਾਤ ਪਿੰਡ ਅੰਦਰ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਹਰਭਜਨ ਸਿੰਘ ਦੇ ਘਰ 8 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਕੁਝ ਗੋਲੀਆਂ ਘਰ ਦੇ ਗੇਟ ਦੇ ਆਰ ਪਾਰ ਹੁੰਦੀਆਂ ਹੋਈਆਂ। ਘਰ ਦੇ ਵਿਹੜੇ ਵਿੱਚ ਬੈਠੇ ਮਾਲਕ ਹਰਭਜਨ ਸਿੰਘ ਉਮਰ 55 ਸਾਲ ਦੇ ਵੱਜਿਆ ਜਿਸ ਨਾਲ ਹਰਭਜਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਹਿੰਦੇ ਜੀ ਉਹਨਾਂ ਦੀ ਇੱਥੇ ਮੰਜੀ ਡੱਟੀ ਸਾਹਮਣੇ ਅਤੇ ਇਹ ਗੇਟ ਬੰਦ ਸੀ ਲੋਕ ਲੱਗਾ ਸੀ ਬਾਹਰੋਂ ਆਏ ਆ ਉਹਨਾਂ ਨੇ ਗੋਲੀਆਂ ਚਲਾਈਆਂ ਆਵਾਜ਼ ਨਹੀਂ ਮਾਰੀ ਕਿਸੇ ਨੂੰ ਦੇਖਿਆ ਪੁੱਛਿਆ ਕੋਈ ਨਹੀਂ ਆ ਇਹ ਉੱਠੇ ਆ ਬੈਠੇ ਬਾਥਰੂਮ ਗਏ ਮੰਜੀ 'ਤੇ ਲੰਮਾ ਪੈਣਾ ਸੀ ਇਹਨਾਂ ਨੇ ਜਦੋਂ ਖੁਰਾਕ ਹੁੰਦਾ ਪਿਆ ਤਾਂ ਕਹਿੰਦੇ ਵੀ ਇਹਨਾਂ ਦੱਤ ਲਿਆ ਮੇਰਾ ਵੀ ਦੇਖਾਂ ਕੌਣ ਆ ਅਤੇ ਇਹਨਾਂ ਦੇ ਇੱਥੇ ਗੋਲੀ ਲੱਗੀ ਆ। ਕਿੰਨੇ ਵਜੇ ਦੀ ਘਟਨਾ ਹੈ? 12:30 ਲਾ ਲਓ ਜੀ 12:21 ਵਜੇ ਦੀ 12 ਵਜੇ। ਕਿੰਨੀ ਫਾਇਰ ਤੁਹਾਡੇ ਸਾਹਮਣੇ ਜੀ 8:10 ਵਜੇ ਆ ਅਤੇ ਇਹੀ ਮੈਨੂੰ 8:09 ਹੀ ਹੋਣੇ ਦੋ ਤਿੰਨ ਬਾਹਰੋਂ ਮਿਲੇ ਹਾਂਜੀ ਪਰਿਵਾਰ ਸਾਰੇ ਸਾਡਾ ਚਾਰੇ ਘਰ ਸਾਡੇ ਆ ਜੀ ਚਾਰੇ ਭਰਾ ਵਾ ਅਸੀਂ ਚਾਰੇ ਘਰ ਸਾਡੇ ਆ ਅਸੀਂ ਮਤਲਬ ਗੇਟਾਂ ਤਾਲੇ ਮਾਰੇ ਦੇ ਤਾਲੇ ਸੜਕੋਂ ਨਹੀਂ ਖੁੱਲੇ ਅਸੀਂ ਗੇਟ ਟੱਪ ਕੇ ਉੱਥੋਂ ਨਿਕਲ ਗਏ ਬਾਹਰ। ਵੇਖਿਆ ਕਿੰਨੇ ਜਣੇ ਸੀ? 8-9 ਜਣੇ ਜੀ। 7 4 ਮੋਟਰਸਾਈਕਲ ਅਤੇ ਕਿੰਨੇ
ਗੋਲੀ ਤੇ ਚਲਾਉਂਦਾ ਇੱਕੋ ਹੀ ਬੰਦਾ ਵੇਖਿਆ, ਦੋ ਬੰਦੇ ਇੱਥੇ ਖੜੇ, ਇੱਕ ਇੱਥੇ ਖੜਾ ਜੀ, ਕਿੱਧਰ ਖੜਾ ਜੀ, ਗੋਲੀ ਮੇਰਾ ਖੜੇ ਕੋਲ ਚਲਾਈ। ਹਾਂਜੀ, ਕੋਈ ਕਹਿ ਨਹੀਂ ਸਕਦੇ ਜੀ, ਦੁਸ਼ਮਣੀ ਕੋਈ ਨਹੀਂ ਸਾਡੀ, ਨਹੀਂ ਨਾ ਮਜ਼ਬੀ ਸਿੰਘ ਮਾਡੀ ਦੀ ਪੈਲੀ ਕਿੱਥੋਂ। ਫਿਰ ਇਸ ਤਰੀਕੇ ਨਾਲ ਗੋਲੀ ਚੱਲਣੀ ਔਰ ਸ਼ਰਿਆਮ ਇਸ ਤਰ੍ਹਾਂ ਮਰਡਰ ਹੋ ਜਾਣਾ, ਗੋਲੀ ਜਿਹੜੀ ਆ ਗੇਟ 'ਚੋਂ ਨਿਕਲ ਕੇ ਵੱਜੀ, ਗੇਟ 'ਚੋਂ ਨਿਕਲ ਕੇ ਵੱਜੀ ਆ ਗੇਟ। ਹਾਂਜੀ, ਪੁਲਿਸ ਨੇ ਕੀ ਕਾਰਵਾਈ ਕੀਤੀ? ਉਸਨੇ ਬਹੁਤ ਗਾਲੀ ਕੀਤੀ ਆ ਜੀ, ਸਵੇਰ ਦੇ ਰਾਤ ਦੇ ਇੱਥੇ ਬੈਠਿਆ ਜੀ ਉਹ, ਉਹਨੇ ਵੀ ਸਾਡੇ ਕੋਲ ਅਸੀਂ ਉੱਤੇ ਲਿਖਵਾ ਲਿਆ, ਉਹਨੇ ਰਿਪੋਰਟ ਲਿਖਾਈ ਆ, ਉਹਨੇ ਸੀ ਐਸ ਟਾਪ ਵਾਲੇ ਵੀ ਆਏ ਜੀ, ਐਸ ਪੀ ਦਫ਼ਤਰੋਂ ਵੀ ਬੰਦਾ ਆਇਆ ਜੀ, ਉਹਨੇ ਮੇਰੇ ਕਿਉਂਕਿ ਇੱਥੋਂ ਗਿਆ, ਹੁਣੇ ਦੋ ਮਿੰਟ ਹੋਇਆ, ਬਾਕੀ ਪੁਲਿਸ ਨੇ ਕਾਰਵਾਈ ਬਹੁਤ ਚੱਲਣ ਡਿਆ ਜੀ। ਬਠਿੰਡਾ ਦੇ ਪੌਸ਼ ਇਲਾਕੇ ਵਿੱਚ ਅੱਜ ਦਿਨ ਚੜ੍ਹਦੇ ਹੀ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਠਿੰਡਾ ਕੁਨਿਆਣਾ ਹਾਈਵੇ ਤੇ ਸਥਿਤ ਵਾਦੀ ਹਸਪੀਟਲ ਦੇ ਬੈਂਕ ਸਾਈਡ ਮਾਲਵਈਆ ਨਗਰ ਵਿੱਚ ਸਵੇਰ ਦੀ ਸੈਰ ਔਰਤ ਦੀ ਜੋ ਸੋਨੇ ਦੀ ਚੈਨ ਸਨੈਚਿੰਗ ਦੀ ਘਟਨਾ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ। ਭੱਜੇ ਜਾਂਦੇ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਦੀ ਗੱਲ ਵੀ ਸਾਹਮਣੇ ਆਈ ਤੇ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਹੀ ਪਹੁੰਚ ਗਈ। ਹਾਂਜੀ, ਅੱਜ ਬਠਿੰਡਾ ਦੇ ਮਾਲਵੀ ਨਗਰ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਲੇਡੀਜ਼ ਤੋਂ ਚੇਨ ਸਨੈਚ ਹੋਈ ਹੈ। ਲੇਡੀਜ਼ ਦੀ ਏਜ ਕਰੀਬ 50 ਸਾਲ ਹੈ ਅਤੇ ਉਹ ਇੱਥੇ ਸਵੇਰ ਦੀ ਜਿਵੇਂ ਸੈਰ ਕਰਨ ਵੇਲੇ ਆ ਰਹੇ ਸੀ ਅਤੇ ਦੋ ਨਾਮਲੂ ਵਿਅਕਤੀ ਜਿਹੜੇ ਇੱਕ ਮੋਟਰਸਾਈਕਲ 'ਤੇ ਆਏ ਨੇ ਅਤੇ ਉਹਨਾਂ ਨੇ ਚੇਨ ਸਨੈਚ ਕੀਤੀ ਹੈ। ਸਰ ਕੋਈ ਗੋਲੀ ਵੀ ਚੱਲੀ ਹੈ ਕਹਿੰਦੇ? ਨਹੀਂ, ਇਸ ਬਾਰੇ ਉਹਨਾਂ ਦੀ ਜਿਹੜੀ CCTV ਫੁਟੇਜ ਦੇਖ ਰਹੇ ਹਾਂ ਉਸ 'ਚ ਇੱਕ ਵੈਪਨ ਵਿਜੀਬਲ ਹੈਗਾ, ਬਾਕੀ ਉਹਦੀ ਅੱਗੇ ਇਨਕੁਆਇਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। FIR ਰਜਿਸਟਰ ਹੋਣ ਲਈ ਅਸੀਂ ਬਿਆਨ ਲਿਖ ਕੇ ਉਹਦੀ ਇਨਵੈਸਟੀਗੇਸ਼ਨ 'ਚ ਅਸੀਂ ਦੇਖਾਂਗੇ ਕਿ ਉਹਦਾ ਵੈਪਨ ਦਾ ਯੂਜ਼ ਹੋਇਆ, ਉਹ ਕਿਹੜਾ ਵੈਪਨ ਹੈ, ਉਹ ਯੂਜ਼ ਹੋਇਆ, ਓਰੀਜਨਲ ਹੈ ਜਾਂ ਕੀ ਹੈ, ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ। ਸਰ ਗੱਲ ਕੀਤੀ ਹੈ, ਕਿੰਨੇ ਲੋਕ ਸੀ ਕਾਸ 'ਤੇ ਆਏ ਸੀਗੇ? ਦੋ ਨਾਮਲੂ ਇਹ ਮੁੰਡੇ ਨੇ ਅਤੇ ਅਰਾਊਂਡ ਯੰਗ ਅਰਾਊਂਡ 30 ਦੇ ਉਹਨਾਂ ਦੀ ਏਜ ਲੱਗਦੀ ਹੈ ਅਤੇ ਉਹ ਮੋਟਰਸਾਈਕਲ 'ਤੇ ਆਏ ਨੇ ਦੋਵੇਂ। ਬਟਾਲਾ ਦੇ ਇੱਕ ਗੈਸ ਏਜੰਸੀ ਮੁਲਾਜ਼ਮ ਨੂੰ ਰਾਤ ਰੋਕ ਕੇ ਉਸ ਨਾਲ ਮਾਰਕੁੱਟ ਅਤੇ ਦਾਤਰਾ ਨਾਲ ਵਾਰ ਵਾਰ ਬੁਰੀ ਤਰ੍ਹਾਂ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਮੋਟਰਸਾਈਕਲ 'ਤੇ ਏਜੰਸੀ ਦਾ ਕਰੀਬ 1,22,000 ਰੁਪਏ ਕੈਸ਼ ਖੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਖੋਹ ਕਰਨ ਵਾਲੇ ਨੌਜਵਾਨ ਦੀ CCTV ਕੈਮਰੇ ਵਿੱਚ ਵੀਡੀਓ ਵੀ ਕੈਦ ਹੋ ਗਈ ਅਤੇ ਉੱਥੇ ਹੀ ਜ਼ਖਮੀ ਹੋਏ ਗੈਸ ਏਜੰਸੀ ਮੁਲਾਜ਼ਮ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ। ਕੱਲ ਮੁੰਡੇ ਡਿਲੀਵਰੀ ਵਾਲੇ ਪੇਮੈਂਟ ਜਮ੍ਹਾਂ ਕਰਾ ਕੇ ਗਏ ਸੀ ਅਤੇ ਉਸ ਤੋਂ ਬਾਅਦ ਜੋ ਮੁੰਡਾ ਪੇਮੈਂਟ ਲੈ ਕੇ ਬੈਂਕ ਜਾਂਦਾ ਗਿਆ ਸੀ ਤਕਰੀਬਨ 3 ਵਜੇ ਦੇ ਕਰੀਬ, ਉਹ ਜਦੋਂ ਨਿਕਲਿਆ ਇੱਥੋਂ ਤਾਂ ਪਿੰਡ ਦੇ ਵਿੱਚ ਹੀ 4 ਮੁੰਡਿਆਂ ਨੇ ਉਹਨੂੰ ਘੇਰ ਲਿਆ, ਉਹਨਾਂ ਕੁੱਟਮਾਰ ਕੀਤੀ ਹੈ, ਡਿਗਮ ਸੱਟਾਂ ਵੀ ਲੱਗੀਆਂ ਅਤੇ ਉਹਦੇ ਕੋਲ ਮੋਟਰਸਾਈਕਲ ਖੋਹ ਕੇ ਅਤੇ ਕੈਸ਼ ਖੋਹ ਕੇ ਦੌੜ ਗਏ, ਮੋਟਰਸਾਈਕਲ ਡਿੱਗੀ ਪਿਆ ਸੀ ਕੈਸ਼। ਕਿੱਥੇ ਕਰਕੇ ਘਟਨਾ ਜੀ? ਇਹ ਪਿੰਡ ਦੇ ਵਿੱਚ ਹੀ ਮੜੀਆਂ ਵਾਰ ਪਿੰਡ ਜੀ। ਕਿੰਨੇ ਬੰਦੇ ਸੀ ਇਹਨਾਂ ਨੇ? 4 ਬੰਦੇ। ਕੋਈ CCTV ਵੀਡੀਓ ਕੁਛ ਆਈ ਹੈ ਦੇਖੀ? ਦੇਖੀਆਂ ਬਟ ਹਜੇ ਤੱਕ ਕੋਈ ਇੰਨਾ ਕਲੂ ਨਹੀਂ ਮਿਲਿਆ। CCTV 'ਚ ਨਹੀਂ ਆਏ ਕੋਈ? ਆਇਆ ਮੂੰਹ ਬੰਨੇ ਦੇ। ਕੰਪਲੇਂਟ ਕੀਤੀ ਜੀ? ਹਾਂਜੀ, FIR ਲਾਂਚ ਕਰਾਈ ਹੈ। ਇੰਦਰ ਗੈਸ ਏਜੰਸੀ ਦੀ 2001 ਤੋਂ ਕੰਮ ਕਰ ਰਿਹਾ। ਰੋਜ਼ ਦੀ ਤਰ੍ਹਾਂ ਮੈਂ ਗੈਸ ਲੈ ਕੇ ਆਪਣਾ ਬੈਂਕ ਜਾ ਰਿਹਾ ਸੀ। ਅਣਪਛਾਣਤ ਬੰਦੇ ਪਿੰਡ ਮੜੀਆਂ ਵਾਲ ਦੇ ਕਰੀਬ ਥੋੜ੍ਹਾ ਲਾਗੇ ਕਰਕੇ ਖੜ੍ਹੇ ਸੀ 4 ਜਣੇ ਅਤੇ ਮੈਂ ਆਪਣੇ ਧਿਆਨ ਮੋਟਰਸਾਈਕਲ 'ਤੇ ਜਾ ਰਿਹਾ ਸੀ ਅਤੇ ਉਹਨਾਂ ਨੇ ਉਹਨਾਂ ਵਿੱਚੋਂ ਇੱਕ ਨੇ ਘੁੰਮ ਕੇ ਮੇਰੇ ਬੈਸਬੋਲ ਮਾਰਿਆ ਸਾਥੀ ਵਿੱਚ ਜਿਹੜਾ ਲੱਗਾ ਵਾ, ਜਦੋਂ ਸਾਥੀ 'ਚ ਬੈਸਬੋਲ ਲੱਗਣ ਕਰਕੇ ਮੈਂ ਮੋਟਰਸਾਈਕਲ ਤੋਂ ਥੱਲੇ ਡਿੱਗ ਗਿਆ ਵਾਂ ਅਤੇ ਇੱਕ ਉਹਨਾਂ 'ਚੋਂ ਬੰਦਾ ਉਹਨਾਂ ਦਾ ਬੰਦਾ ਮੋਟਰਸਾਈਕਲ ਨੂੰ ਮੇਰੇ ਨੂੰ ਪੈ ਗਿਆ ਵਾ, ਦੂਜੇ ਨੇ ਡੈਸ਼ਬੋਰਡ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਵਾ, ਜਿਹੜਾ ਇੱਕ ਨਾਲ ਹੋਰ ਸੀ ਉਹਨੇ ਦਾਤਰ ਨਾਲ ਹਮਲਾ ਕਰਕੇ ਮੇਰੇ ਆ ਹੱਥ ਮਤਲਬ ਕਿ ਜ਼ਖਮੀ ਕਰ ਦਿੱਤਾ। ਹਾਂ, ਕੀ ਲੈ ਗਏ ਤੁਹਾਡੇ ਕੋਲ? ਮੇਰੇ ਕੋਲੋਂ ਮੋਟਰਸਾਈਕਲ ਦੇ ਸਮੇਤ 1,00,000 ਰੁਪਈਆ 22,700 ਰੁਪਈਆ ਮਤਲਬ ਕਿ ਕੈਸ਼ ਵੀ ਲੈ ਗਿਆ। ਕਿੰਨੇ ਵਜੇ ਦੀ ਗੱਲ ਹੈ? ਇਹ 3 ਵਜੇ ਦੀ ਸਾਹਿਬ। ਬੰਦੇ ਕੋਈ ਪਛਾਣ 'ਚ ਆਏ? ਨਹੀਂ, ਉਹਨਾਂ ਨੇ ਮੂੰਹ ਬੰਨੇ ਹੋਏ ਸੀ। ਕਿੰਨੇ ਬੰਦੇ ਸੀ ਟੋਟਲ? 4 ਬੰਦੇ ਸੀ। ਕਦ ਦੇ ਹੀ ਹੋਏ? ਉਹਨਾਂ ਕੋਲ ਇੱਕ ਬਾਈਕ ਸੀ, ਆਪਣੀ ਇੱਕ ਬਾਈਕ ਸੀ ਅਤੇ 4 ਜਣੇ ਉਹ ਸੀ, ਇੱਕ ਬਾਈਕ ਮੇਰੀ ਲਾ ਗਈ, ਇੱਕ ਆਪਣੀ ਲਾ ਗਈ। ਪੁਲਿਸ ਕੰਪਲੇਂਟ ਕੀਤੀ ਤੁਸੀਂ? ਹਾਂਜੀ, ਕੱਲ੍ਹ ਦੀ ਹੋਈ ਸੀ। ਇਸ ਕੱਲ੍ਹ ਨੀਅਰ ਅਬਾਊਟ 3 ਵਜੇ ਦਾ 5 ਮਿੰਟ ਦਾ ਸਮਾਂ ਸੀ। ਬਲਵਿੰਦਰ ਸਿੰਘ ਸਾਨਫ, ਬਨਾਰਸੀ ਦਾਸ, ਪਾਸੀ ਪੀਰ ਨਗਰ, ਇਹ ਆਪਣੀ ਏਜੰਸੀ ਵਿੱਚੋਂ ਪੈਸੇ ਲੈ ਕੇ ਜਾ ਰਿਹਾ ਸੀ ਬੈਂਕ ਜਮ੍ਹਾਂ ਕਰਾਉਣ ਵਾਸਤੇ। ਇਹਨੂੰ 3-4 ਲੜਕਿਆਂ ਨੇ ਮੂੰਹ ਬੰਨੇ ਹੋਏ ਸੀ, ਇਹਨਾਂ ਨੂੰ ਇੰਨੇ ਕੁ ਪੈਸੇ ਖੋਲੇ ਜੀ। ਸਰ ਕਿੰਨੀ ਕੁ ਰਕਮ ਸੀ? 1,22,700 ਰੁਪਈਆ। ਏਜੰਸੀ ਦਾ ਕੀ ਨਾਮ ਸਰ? ਗੈਸ ਏਜੰਸੀ, ਇੰਦਰ ਗੈਸ ਏਜੰਸੀ। ਸਰ ਕੀ ਕਾਰਵਾਈ ਕੀਤੀ ਜਾ ਰਹੀ? ਡੇਟਾ ਕਲਾ ਬੈਠਾ।
ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ਤੇ ਅੱਜ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਵੀਜ਼ਨ ਸਰਹੰਦ ਵਿਖੇ CRA 295-19 ਅਧੀਨ ਭਰਤੀ ਹੋਏ ਸਹਾਇਕ ਲਾਈਨਮੈਨ ਜਿਨ੍ਹਾਂ ਦਾ ਪ੍ਰਮੋਸ਼ਨ ਪੀਰੀਅਡ ਪੂਰਾ ਹੋਏ ਨੂੰ ਲਗਭਗ 3 ਮਹੀਨੇ ਹੋ ਚੁੱਕੇ ਹਨ ਪਰ ਉਹਨਾਂ ਦੀਆਂ ਪੂਰੀਆਂ ਤਨਖਾਹ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਜਿਸਦੇ ਰੋਸ ਵਜੋਂ ਡਿਵੀਜ਼ਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੀਪ ਸਿੰਘ ਮਾਜਰੀ ਸੋਟੀਆਂ ਬਿਜਲੀ ਬੋਰਡ ਦੀ ਜਥੇਬੰਦੀ ITI ਇੰਪਲਾਈ ਐਸੋਸੀਏਸ਼ਨ ਉਹਦਾ ਮੈਂ ਖੰਨੇ ਸਰਕਲ ਦਾ ਜਨਰਲ ਸਕੱਤਰ ਹਾਂ ਜੀ। ਸਾਡਾ ਜਿਹੜਾ ਹੈਗਾ ਇਹ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ 'ਤੇ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ, ਜਿਸ ਲੜੀ ਤਹਿਤ ਅੱਜ ਸਰਹੰਦ ਡਿਵੀਜ਼ਨ ਦੇ ਵਿੱਚ ਅਸੀਂ ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਸਹਾਇਕ ਲਾਈਨਮੈਨ ਨੇ 295-19 ਦੇ CRA ਦੇ ਅਗੇਂਸਟ ਭਰਤੀ ਹੋਏ ਸੀ, ਜਿਨ੍ਹਾਂ ਦਾ ਪ੍ਰੋਬੇਸ਼ਨ ਪੀਰੀਅਡ ਪੂਰੇ ਹੋਏ ਨੂੰ ਲਗਭਗ 3 ਮਹੀਨੇ ਹੋ ਗਏ, ਪਰ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਦੇ ਬਾਵਜੂਦ ਉਹਨਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲ ਰਹੀਆਂ। ਉਹਨਾਂ ਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੋਂ ਬਾਅਦ ਇੱਕ ਆਫਿਸ ਆਰਡਰ ਹੁੰਦਾ, ਉਹ ਆਫਿਸ ਆਰਡਰ ਨਹੀਂ ਹੋ ਰਿਹਾ। ਜਿਹੜੀ ਮੈਨੇਜਮੈਂਟ ਹੈ ਉਹ ਕੋਰਟ ਦੇ ਕੇਸ ਦਾ ਹਵਾਲਾ ਦੇ ਕੇ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਅਸੀਂ ਉਹਨੂੰ ਮਜਬੂਰ ਕਰ ਦਿਆਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਅਸੀਂ ਇਹ ਜਿਹੜਾ ਸੰਘਰਸ਼ ਹੈ ਹੋਰ ਜਿਹੜਾ ਹੈਗਾ ਮਤਲਬ ਤਕੜਾ ਉਲੀਕਾਂਗੇ। ਇਹਦੇ ਵਿੱਚ ਇਹ ਜਿਹੜਾ ਸਾਡਾ ਲੜੀਵਾਰ ਧਰਨਾ ਹੈ ਇਹ ਹੈਗਾ 13 ਤਰੀਕ ਤੱਕ, 13 ਤਰੀਕ ਤੋਂ 20 ਤਰੀਕ ਤੱਕ ਸਾਡਾ ਜਿਹੜਾ ਵਰਕ ਟੂ ਰੂਲ ਹੈ, ਜਿਹਦੇ ਵਿੱਚ ਅਸੀਂ 9 ਤੋਂ 5 ਹੀ ਡਿਊਟੀ ਕਰਾਂਗੇ, ਉਸ ਤੋਂ ਬਾਅਦ ਅਸੀਂ ਆਪਣੀ ਡਿਊਟੀ ਨਹੀਂ ਕਰਾਂਗੇ। ਉਸ ਤੋਂ ਬਾਅਦ ਅਸੀਂ 24 ਤਰੀਕ ਨੂੰ ਜਿਹੜਾ ਹੈਗਾ ਬਿਜਲੀ ਮੰਤਰੀ ਹਰਭਜਨ ਸਿੰਘ ETO ਇਹਨਾਂ ਮੰਗਾਂ ਨੂੰ ਹੀ ਲੈ ਕੇ ਉਹਨਾਂ ਦੀ ਕੋਠੀ ਦਾ ਘਿਰਾਓ ਕਰਾਂਗੇ। ਜਦੋਂ ਤੱਕ ਜਿਹੜੇ ਸਾਡੇ ਸਾਥੀ ਨੇ ਇਹਨਾਂ ਦੀ ਪੂਰੀ ਤਨਖਾਹ ਜਾਰੀ ਨਹੀਂ ਹੁੰਦੀ, ਅਸੀਂ ਸੰਘਰਸ਼ ਕਰਦੇ ਰਹਾਂਗੇ ਅਤੇ ਜਿੱਤ ਪ੍ਰਾਪਤ ਕਰਾਂਗੇ। ਹੋਟਲਾਂ ਤੇ ਢਾਬਿਆਂ ਦੇ ਖਾਣਿਆਂ 'ਚੋਂ ਕੀੜੇ ਮਕੌੜੇ ਮਿਲਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ, ਪਰ ਜੇਕਰ ਇਹ ਕੀੜੇ ਮਕੌੜੇ ਸ਼ਹਿਰ ਦੀ ਨਾਮੀ ਦੁਕਾਨ ਵਿੱਚੋਂ ਮਿਲਣ ਤਾਂ ਸੋਚਣ ਦੀ ਗੱਲ ਹੈ। ਗੱਲ ਬਠਿੰਡਾ ਦੀ ਹੈ ਤੇ ਬਠਿੰਡਾ ਦੇ ਢਾਬੇ ਸ਼੍ਰੀ ਸ਼ਾਮ ਵੈਸ਼ਨੂ ਢਾਬੇ ਦੀ, ਜਿੱਥੇ ਇੱਕ ਨਿਊਟਰੀ ਦੀ ਸਬਜ਼ੀ ਵਿੱਚ ਮਰਿਆ ਹੋਇਆ ਟਿੱਡਾ ਮਿਲਿਆ। ਗ੍ਰਾਹਕ ਨੇ ਕਿਹਾ ਕਿ ਜਦੋਂ ਇਸਦੀ ਸ਼ਿਕਾਇਤ ਦੁਕਾਨਦਾਰ ਨੂੰ ਕੀਤੀ ਤਾਂ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਹਰਹਾਲ ਪੁਲਿਸ ਨੇ ਵਿੱਚ ਵਿਚਾਲੇ ਪੈ ਕੇ ਸਮਝੌਤਾ ਵੀ ਕਰਵਾ ਦਿੱਤਾ। ਸਬਜ਼ੀ ਹੁਣ ਗੱਲ ਸੁਣ, ਜਿਹੜਾ ਸਬਜ਼ੀ ਗਰਮ ਹੁੰਦੀ ਹੈ ਉੱਥੋਂ ਬਣਦੀ ਹੈ, ਹੁਣ ਬਾਹਰ ਕੁਛ ਪੈ ਗਿਆ ਉਹ ਸਮਾਨ ਜਿੰਨਾ ਬਣਦਾ ਉੱਥੇ ਹੀ ਬਣਦਾ, ਉਹ ਅਸੀਂ ਇਹਨਾਂ ਕੋਲ ਅਸੀਂ ਗਲਤੀ ਮੰਨ ਲਈ ਜੇ ਕੋਈ ਸਮਾਨ 'ਚ ਦਿੱਕਤ ਆ ਗਈ ਤਾਂ ਸਮਾਨ ਵਿੱਚ ਕਿਸੇ ਵਿੱਚ ਕੋਈ ਦਿੱਕਤ ਨਹੀਂ ਹੈਗੀ, ਕੋਈ ਦਿੱਕਤ ਕਦੇ ਵੀ ਨਹੀਂ ਆਈ, ਨਾ ਹੀ ਆਊਗੀ ਕਦੇ। ਹੁਣ ਉਹ ਬਾਅਦ ਸਟਾਲ ਲੱਗੀ ਹੈ, ਹੁਣ ਸਟਾਲ ਲੱਗੀ ਹੈ, ਹੁਣ ਮੁੰਡਾ ਇਹਨਾਂ ਦੀ ਗੱਡੀ 'ਚ ਸਮਾਨ ਦੇਣ ਗਿਆ, ਹੁਣ ਉਹ ਕਿਤੋਂ ਵੀ ਆ ਸਕਦਾ, ਹੁਣ ਅਸੀਂ ਥੋੜ੍ਹੀ ਕਿ ਉੱਥੇ ਹੀ ਬਣਿਆ। ਮੇਰਾ ਨਾਮ ਜੀ ਹੈਪੀ ਹੈ ਜੀ, ਮੈਂ ਮੁਕਤਸਰ ਤੋਂ ਜੀ। ਮੈਂ ਇੱਥੇ ਨਾ ਜਦੋਂ ਬਠਿੰਡੇ ਆਉਂਦਾ ਇਹਨਾਂ ਦੇ ਹਰ ਵਾਰੀ ਆਉਂਦਾ ਨਿਊਟਰੀ ਕੁਲਚਾ ਖਾਣੀ, ਸ਼ਾਮ ਸੁਣ ਕਿਉਂ ਸ਼੍ਰੀ ਸ਼ਾਮ ਕਿਉਂ, ਅਤੇ ਅੱਜ ਮੈਂ ਇਹਨਾਂ ਤੋਂ ਨਿਊਟਰੀ ਕੁਲਚੇ ਮੰਗਵਾਏ ਕਾਰ, ਅਤੇ ਮੈਂ ਜਦੋਂ ਖਾ ਰਿਹਾ ਸੀ ਮੈਂ ਪਹਿਲਾਂ ਖਾ ਲਿਆ, ਜਦੋਂ ਮੈਂ ਸਬਜ਼ੀ ਥੱਲੀ ਵਿੱਚੋਂ ਇੱਕ ਐਡਾ ਵੱਡਾ ਟਿੱਡਾ ਜਮ੍ਹਾਂ ਸੜਿਆ ਹੋਇਆ ਵਿੱਚ ਸਬਜ਼ੀ ਦੇ ਜਿਹੜਾ ਪੂਰਾ ਰੜਿਆ ਹੋਇਆ ਸੀ ਵਿੱਚੋਂ ਨਿਕਲਿਆ, ਇਹਨਾਂ ਦੇ ਕਾਊਂਟਰ 'ਤੇ ਪਲੇਟ ਲੈ ਕੇ ਗਏ ਹਾਂ, ਕੈਮਰਾ ਔਨ ਕੀਤਾ, ਅੱਗੋਂ ਧਮਕੀ ਦਿੰਦਾ ਕਹਿੰਦੇ ਅਸੀਂ ਵੀਡੀਓ ਬਣਾਵਾਂਗੇ, ਜਦੋਂ ਨੂੰ ਹਜੇ ਮੈਂ ਕੈਮਰਾ ਖੋਲ੍ਹਿਆ ਇਹਨਾਂ ਦੇ ਮੁੰਡਿਆਂ ਨੇ ਉੱਥੋਂ ਪਲੇਟ ਗਾਇਬ ਕਰ ਲਈ, 2 ਪਲੇਟਾਂ ਦੂਜੀਆਂ ਆਵੇ ਵਿਚਾਲੇ ਛੱਡੀਆਂ ਪਈਆਂ ਉਸੇ ਤਰ੍ਹਾਂ, ਅਤੇ ਫੋਨ 'ਚ ਮੇਰੇ ਪੂਰੀ ਵੀਡੀਓ ਆ ਜਿਹਦੇ 'ਚ ਟਿੱਡਾ ਉਵੇਂ ਵਿੱਚ ਰੜਿਆ ਹੋਇਆ ਸਬਜ਼ੀ ਦੇ ਵਿੱਚ ਪਿਆ, ਇਹ ਤਾਂ ਪੂਰਾ ਸਿਹਤ ਨਾਲ ਖਿਲਵਾੜ ਕਰੀ ਜਾਂਦੇ ਆ, ਅੱਗੋਂ ਅੰਦਰ ਕਾਊਂਟਰ 'ਤੇ ਗਿਆ ਨੂੰ ਇਹ ਪੁੱਠਾ ਬੋਲਦੇ ਆ। ਅੱਛਾ, ਮੈਂ ਮੌਕੇ 'ਤੇ ਪਹੁੰਚਿਆ ਕਿ ਉਹਨਾਂ ਦੀ ਕੰਪਲੇਂਟ ਸੁਣੀ ਆ, ਉਹਨਾਂ ਨੂੰ ਆਪਦੇ ਫੂਡ ਤੋਂ ਲੈ ਕੇ ਕੁਝ ਕੰਪਲੇਂਟ ਸੀ, ਉਹਨਾਂ ਨੇ ਇਨੀਸ਼ਲੀ ਜਿਹੜੇ ਗਾਹਕ ਸੀਗੇ ਉਹਨਾਂ ਨੇ ਕੰਪਲੇਂਟ ਦਿੱਤੀ ਇਹਨਾਂ ਦੇ ਸੰਬੰਧਿਤ ਅਥਾਰਟੀ ਨੂੰ, ਲੇਕਿਨ ਉਹ ਸੈਟਿਸਫਾਈਡ ਨਹੀਂ ਹੋਈ ਸੀ, ਇਸ ਕਰਕੇ ਸਾਨੂੰ ਆਉਣਾ ਪਿਆ, ਲੇਕਿਨ ਦੋਵਾਂ ਧਿਰਾਂ ਹੁਣ ਕਿਹੜਾ ਇੱਕ ਵਾਰੀ ਸੈਟਿਸਫਾਈਡ ਹੈਗੀਆਂ ਅਤੇ ਫਿਲਹਾਲ ਕਿਹੜਾ ਮਾਮਲਾ ਹੈਗਾ ਸ਼ਾਂਤ ਹੈਗਾ। ਫਿਲਹਾਲ ਕਿੰਨੀ ਇਹਨਾਂ ਦੀ ਕੰਪਲੇਂਟ ਸੁਣੀ ਹੈਗੀ ਹੈ, ਇਹਨਾਂ ਦੀ ਇੱਕ ਸੈਟਿਸਫੈਕਸ਼ਨ ਸੀਗੀ ਉਹ ਤਾਂ ਦੇਖਿਆ ਗਿਆ, ਲੇਕਿਨ ਫਿਰ ਵੀ ਉਹਨਾਂ ਨੂੰ ਕਿਹਾ ਗਿਆ ਕਿ ਜੇ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਗੰਭੀਰ ਕੰਪਲੇਂਟ ਹੈ ਜਾਂ ਕੋਈ ਹੈਲਥ ਇਸ਼ੂ ਦੀ ਹੋਰ ਆ ਤਾਂ ਆਪਾਂ ਨੂੰ ਰਿਟਨ ਦੇ ਸਕਦੇ, ਜੇ ਕੋਈ ਸਾਨੂੰ ਇਸ ਗੱਲ ਬਾਰੇ ਕੋਈ ਰਿਟਨ 'ਚ ਦੇਣਗੇ ਜਾਂ ਕੋਈ ਦੇਣਗੇ ਤਾਂ ਬਿਲਕੁਲ, ਜੇ ਕੋਈ ਐਸੀ ਗੱਲ ਹੋਊਗੀ ਤਾਂ ਉਸਨੂੰ ਅੱਗੇ ਵੀ ਕਾਰਵਾਈ ਕੀਤੀ ਜਾਊ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੇ ਸਿਆਸੀ ਸ਼ੈ ਤੇ ਝੂਠਾ ਪਰਚਾ ਦਰਜ ਕਰਨ ਦੇ ਆਰੋਪ ਲਗਾਏ ਤੇ ਵਲਟੋਹਾ ਨੇ ਕਿਹਾ ਹੈ ਕਿ ਜੇਕਰ ਪੁਲਿਸ ਨੇ 2 ਦਿਨਾਂ ਵਿੱਚ ਦਰਜ ਕੇਸ ਰੱਦ ਨਾ ਕੀਤੇ ਤਾਂ ਵੱਡੇ ਪੱਧਰ ਤੇ ਪੁਲਿਸ ਖਿਲਾਫ਼ ਸੰਘਰਸ਼ ਛੇੜਿਆ ਜਾਵੇਗਾ। ਉਹਨਾਂ ਕਿਹਾ ਕਿ ਮਾਮਲਾ ਸਿੱਖ ਨੌਜਵਾਨ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਦਾ ਹੈ। ਮੌਜੂਦਾ ਨਗਰ ਕੌਂਸਲਰ ਵਿਖੀ ਬਣ ਜੀ ਤੇ ਕੀ ਗੱਲਬਾਤ ਹੋਈ ਡੜਨ ਨਾਲ, ਇਹ ਤਾਂ ਕਰੋ ਗੱਲਬਾਤ ਤੇ ਜੀ ਸਰ, ਕੱਲ੍ਹ ਨਾ ਇੱਕ ਲੜਕਾ ਆਪਣੇ ਕੋਲ ਇੱਥੇ ਸ਼ੇਰਾਵਾ ਨਾਲ ਲਈ ਤੋਂ ਦੁੱਧ ਲੈ ਕੇ ਦੁੱਧ ਪਾਉਣ ਆਉਂਦਾ ਡੇਅਰੀ 'ਤੇ ਇੱਥੇ ਜੀ,
चलो इतने बंदे अपने पांच सत्त है सारे काम करते आपो अपना लिया के कोई बाहरों पाँगा कोई किदा करता वा वो मुंडा कितने दुध लैके आ रहा है तो उन्हें आपका हाथ दिता इधर मुड़न तो पिछों कोई तेज़ कार रफ्तार च आ रही थी उन्होंने आपस में कोई रौला रप्पा पै गया मैनू उस बारे कोई जानकारी नहीं मैं अपने घर तैयार होन दिया मैं कितने जाना ही मैं पग बन दिया जो मैं पग बन के तो खाना खा ही लगा अजे उन्न चिर मैनू बहरों एक लड़का आया भी प्रधान जी बहर ना झगड़ा हो गया वा चलो मैं कोई झगड़ा होने मैं चल कोई नहीं इतने रोज़ एक्सीडेंट होंगे माड़ा मोटा कोई होंगे होना तो कोई गल नहीं है तो मैं देखा अपने कैमरे से तो वाह वाह मुल्क इकट्ठा होया चलो मैं चल चल के देखता मैं इतों घरों तुरै गया तो जाके जो तो मैं जान दिया वा तो मैं देखा भी उन्न चिर हट हटा हो गया से कोई झगड़ा नहीं हो रहा तो दो वकील जो मुंडे आ लड़के खड़े से उन्होंने मैं जाके हाथ मिलाया वा उन्होंने लागे एक साढ़े चार पाँच शहर के मौत बारे लागे दुकानदार सारे खलोते से वो मैनू ही टीकन डे कि प्रधान जी आओ तो इदा का झगड़ा होया तो नबेड़िए मैं उन्होंने जाके मिलाया मैं की गल हो गई आंदे जी अं इदा वकील हाँ वो जो वा मैनू जाते ही आते थे प्रधान जी साडा पिस्तौल नहीं लभा अं तो मुंडे गोली मार देनी मैं दो वारा डैशबोर्ड च फोलिया दिखा नहीं पता नहीं कितने पिया वा मैं गुरु गर्म बनाओ ठंडे हो कि गल पता नहीं उन्होंने की खाधा ही कुछ पीता ही मैं उन्होंने ना चलो लोस के अपने घर लाया उन्होंने दो लड़कियों लाया ना मेरा इतने साढ़े है शहर के प्रभा तो पम्मा तो दो कमेटी घर के मुलाजम से वो मेरे तो सैन करा आए थे मीटिंग वास्ते वो भी मगरे ही आ गए अं इतने आने के बैठ गए हाँ अं आने के उन्होंने मैं पानी पिया चाह पियाई आ गए बैठे हाँ गलबात की दस पंद्रह मिनट उन्होंने मैं आख्या चलो कोई नहीं यार ताडा कड़ा कोई निजी वैर आ गल कुदरती हो गई आ तो कोई गल नहीं गरीब घर का मातड़ का बंदा 200 रुपया मैं दिहाड़ी लेंदा दुध ढोन का मतलब 200 रुपया वो दिहाड़ी लेंदा वा तो वह कि मतलब शाहूकार जिद ने आप कोई गल कर सियाने जे जड़ियाँ डिग्रियां कीतियां वा तो आप सहनशीलता रखिए देखो हनेर गर्दी तो सुनी सी पर इन्नी हनेर गर्दी कद सोची नहीं सी दुख इस गल का कि जिन्हां लोगों ने बदमाशी की है एक गरीब नूं कुटिया है एक दलित नूं कुटिया है और अमृतधारी नूं कुटिया है और उहदे दुमाला जिहड़ा सतगुरां दी देण है दस्तार उहनूं लाया गया आ इहनूं धरती ते रोलिया गया आ और केसां दी बेअदबी कीती गई जाति सूचक शब्द वरते गए क्योंकि बेचारा गरीब है मातड़ है दिहाड़ी करने वाला बंदा आ हाँ जी तो गुनाह इहदा सिर्फ इन्ना सीगा कि ये आप दे पिंड तों दुध लैके आ रहा सीगा तो दुध लैके आ रहा सीगा तो कुदरती है कि इन्हें जिथे डेयरी सी उतों दूसरे हाथ मुड़ना सीगा सज्जे हाथ आना सीगा सीसीटीवी सब कुछ कैद है कि जो सड़क पर आ रहा तो बकायदा सज्जे हाथ मुड़ा है आपदे मोटरसाइकिल के उत्ते हाथ दिंदा हो रहा है नाल दे मगर दुध वाले ड्रम भी है कल्ला है उस मोटरसाइकिल के उत्ते गरीब परिवार चों अमृतधारी नौजवान मुंडा इकला आ रहा और हाथ दिता आ तो जेडे मगर तिड़े हुए सरदारा दे मुंडे पता नहीं कि सरदारी है जी इन्नी रड़कती है तो मैं तो कहूँगा बिगड़े हुए पर वकालत कर गए वकील बन गए तो शायद वो जी वकालत है जां वकील पुणाया बड़ा वधिया ये जड़ा साडा किता है वकीलों का जिन्हां ते लोग भरोसा करते अदालतां भरोसा कर दियां है हाँ जी तो साडा भी वकीलों ना बड़ा वाह पैंदा रहा पर पहले वकील वेखे है जेड़े की करते है कि इस नौजवान जड़ा शेरा आ इहदे वल्लों हाथ देण दे बावजूद भी ये सड़क दे जिधर नूं इहने मुड़ना आ उहदे अद्धों पार कर जांदा आ ते उह इशारा होण दे बावजूद भी इशारा देखण दे बावजूद भी उह जिहड़ी गड्डी है
ਮੋਟਰਸਾਈਕਲ ਦੇ ਉੱਤੋਂ ਦੀ ਕੱਢਣ ਦੀ ਥਾਂ 'ਤੇ ਜਾਂ ਖੱਬੇ ਦੀ ਕੱਢਣ ਦੀ ਥਾਂ 'ਤੇ ਸੱਜੇ ਪਾਸੇ ਦੀ ਕੱਢਦੇ ਆ ਜਿੱਧਰ ਨੂੰ ਮੁੜ ਰਿਹਾ ਅਤੇ ਕੁਦਰਤੀ ਹੈ ਕਿ ਇਹ ਮਸਾਂ ਬਚਿਆ ਇਹ ਮਸਾਂ ਬਚਿਆ ਕਾਰ ਦਾ ਤਾਂ ਸ਼ਾਇਦ ਕੁਛ ਨਾ ਵਿਗੜਦਾ ਜੇ ਵਿਗੜਨਾ ਸੀ ਇਹਦਾ ਵਿਗੜਨਾ ਸੀਗਾ ਅਤੇ ਜਾ ਵੀ ਤੇਜ਼ ਰਹੇ ਸੀ ਪਤਾ ਨਹੀਂ ਕਿਹੜੀ ਕਾਹਲੀ ਪਈ ਸੀ ਅਬੋਹਰ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਇਸ ਮੌਕੇ SHO ਥਾਣਾ ਸਿਟੀ ਸੰਜੀਵ ਧਰਮਾਲਾ ਨੇ ਦੱਸਿਆ ਕਿ ਉਹਨਾਂ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਦੀ ਹਦਾਇਤਾਂ ਮੁਤਾਬਕ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਉਹਨਾਂ ਵੱਲੋਂ ਸ਼ੱਕੀ ਲੋਕਾਂ ਦੀ ਤਲਾਸ਼ੀ ਵੀ ਕੀਤੀ ਗਈ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਵਿਰੁੱਧ ਲੜਾਈ ਲਈ ਪੁਲਿਸ ਦਾ ਸਹਿਯੋਗ ਜ਼ਰੂਰ ਦੇਣ ਪੇਸ਼ ਹੈ ਬੋਰਡ ਤੋਂ ਸਾਡੇ ਪੱਤਰਕਾਰ ਗੁਰਨਾਮ ਸੰਧੂ ਦੀ ਇਹ ਰਿਪੋਰਟ ਸਰ ਜਿਹੜੀ ਅੱਜ ਚੈਕਿੰਗ ਚੱਲ ਰਹੀ ਆ ਅੱਜ ਮਲੋਟ ਚੌਂਕ ਚੱਲ ਰਹੀ ਸਾਰੇ ਥਾਂ ਚੈਕਿੰਗ ਚੱਲ ਰਹੀ ਇਹਦੇ ਬਾਰੇ ਸਰ ਤੁਸੀਂ ਕੀ ਕਹਿੰਦੇ ਇਹ ਚੈਕਿੰਗ ਜੀ ਕੱਲੂ ਘਰੇ ਦੇ ਸੰਬੰਧ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਜੀ ਉਹ ਮਾਨਯੋਗ DGP ਸਾਹਿਬ ਦੇ ਹੁਕਮਾਂ ਨਾਲ ਜੀ ਅਤੇ ਉਹ ਕੱਲੂ ਘਰੇ ਦੇ ਵਿੱਚ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਇਹ ਥਾਂ ਥਾਂ 'ਤੇ ਨਾਕੇ ਲਾਏ ਗਏ ਆ ਜੀ ਅਤੇ ਲੋਕਾਂ ਦੀ ਸੇਫਟੀ ਵਾਸਤੇ ਚੈਕਿੰਗ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਵਿਅਕਤੀ ਸ਼ੱਕੀ ਵਹੀਕਲ ਹੋਰ ਵੀ ਜੇਕਰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਉਹਨੂੰ ਪ੍ਰੋਪਰ ਚੈੱਕ ਕੀਤਾ ਜਾ ਰਿਹਾ ਜੀ ਇਹ ਨਾਕੇ ਜਿਹੜੇ ਹੈਗੇ ਆ ਇਹ ਨਾਕੇ 'ਤੇ ਚੈਕਿੰਗ ਪਬਲਿਕ ਦੀ ਸੇਫਟੀ ਵਾਸਤੇ ਲਾਏ ਜਾ ਰਹੇ ਨੇ ਮੇਰੇ ਸਮੂਹ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਜੀ ਜੇ ਕਿਸੇ ਵੀ ਵਿਅਕਤੀ ਨੂੰ ਅੱਜ ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੋਹਨ ਗਾਂਧੀ ਪੁੱਤਰ ਅਸ਼ੋਕ ਕੁਮਾਰ ਠੇਕੇ ਵਾਲੀ ਗਲੀ ਚੰਦਸਰ ਬਸਤੀ ਬਠਿੰਡਾ ਪਾਸੋਂ ਇੱਕ ਪਿਸਟਲ 32 ਬੋਰ ਅਤੇ 2 ਰੋਂਦ ਬਰਾਮਦ ਕਰਕੇ ਆਮ ਸੈਕਟ ਅਧੀਨ ਮਾਮਲਾ ਦਰਜ ਕਰ ਲਿਆ ਅਤੇ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੇਸ਼ ਹੈ ਬਠਿੰਡਾ ਤੋਂ ਸਾਡੇ ਪੱਤਰਕਾਰ ਅਸ਼ੋਕ ਸ਼ਰਮਾ ਦੀ ਇਹ ਰਿਪੋਰਟ ਸੂਬੇ ਅੰਦਰ ਲਗਾਤਾਰ ਦਾਜ ਨੂੰ ਲੈ ਕੇ ਔਰਤਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਜਿਹਾ ਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰਹਾਰ ਸਾਹਿਬ ਦੇ ਪਿੰਡ ਮਾਨਤਾ ਵਾਲਾ ਤੋਂ ਸਾਹਮਣੇ ਆ ਜਿੱਥੇ 2 ਮਹੀਨੇ ਪਹਿਲਾਂ ਵਿਆਹੀ ਵਿਆਹਤਾ ਨਾਲ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਸੀ ਜਿਸ ਤੋਂ ਦੁਖੀ ਹੋ ਕੇ ਵਿਆਹਤਾ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੰਡਾ ਬਹੁਤ ਖਰਾਬ ਕਰਨ ਲੱਗ ਗਿਆ ਕੁੜੀ ਨੂੰ ਮਾਰਨ ਪਿੱਟਣ ਲੱਗ ਗਿਆ ਏਦਾਂ ਸੱਸ ਸਹੁਰੇ ਤਿੱਕਰੀ ਸਰ ਵੀ ਏਦਾਂ ਕਈ ਵਾਰ ਕੁੜੀ ਆਈ ਘਰ ਕਈ ਵਾਰੀ ਚਲੀ ਗਈ ਮੁੰਡੇ ਦੇ ਮਤਲਬ ਉਹਨੂੰ ਵਰਚਾ ਕੇ ਲੈ ਜਾਂਦਾ ਸੀ ਵੀ ਇਹਦੇ ਮਾਂ ਪਿਓ ਤਿੱਕਰ ਵੀ ਗੱਲ ਜ਼ਿਆਦਾ ਨਾ ਫੈਲੇ ਸਰ ਭੇਜ ਦਿੰਦੇ ਸੀਗੇ ਉਹ ਇੱਦਾਂ ਸਾਰੇ ਰਿਸ਼ਤੇਦਾਰਾਂ ਵਿੱਚ ਗੱਲ ਸੀ ਕਿ ਚਲੋ ਤੁਸੀਂ ਜੇ ਨਹੀਂ ਤੁਹਾਡੀ ਨੇਬ ਦੀ ਤੁਸੀਂ ਕੁੜੀ ਨੂੰ ਜੇ ਛੱਡ ਦਿਓ ਤਲਾਕ ਦੇ ਦਿਓ ਪਰ ਕੁੜੀ ਨੂੰ ਤਲਾਕ ਵੀ ਨਹੀਂ ਦਿੱਤਾ ਗਿਆ ਫਿਰ ਕੀ ਸਰ 4 ਬੇਟੀਆਂ ਇੰਨੀਆਂ ਅਤੇ ਸਰ ਕੋਈ ਖਾਣ ਲਈ ਚੀਜ਼ ਮੰਗਦੀ ਸੀ ਅਤੇ ਪੇਕਿਆ ਕਰੋ ਮੰਗਵਾ ਰਹੇ ਸੀ ਵੀ ਤੁਸੀਂ ਦੇ ਕੇ ਜਾਓ ਤੁਹਾਡੀ ਕੁੜੀ ਨੇ ਆਹ ਚੀਜ਼ ਖਾਣੀ ਤੁਸੀਂ ਦੇ ਕੇ ਜਾਓ ਕਿਉਂਕਿ ਸਰ ਉਹ ਆਪ ਮਿਹਨਤ ਮਨਜ਼ੂਰੀ ਕਰਦੀ ਕੰਮ ਕਰਦੀ ਕਿਉਂਕਿ ਦਾਜ ਦੀ ਡਿਮਾਂਡ ਰੱਖੀ ਸਰ ਉਹ ਵੀ ਇਹਨਾਂ ਨੇ ਕਿਹਾ ਸੀ ਕੰਮ ਕਰਕੇ ਮਤਲਬ ਮੈਂ ਜਿੰਨੇ ਜੋਗੀ ਵੀ ਹੈਗੀ ਮੈਂ ਦਿਊਂਗੀ ਸਰ ਇੱਦਾਂ ਕਰਕੇ ਇਹਨਾਂ ਨੇ ਜਦੋਂ ਐਂਡ 'ਤੇ ਆਹ ਗੱਲ ਕੱਲ੍ਹ ਗੱਲ ਮੇਰੇ ਨਾਲ ਵੀ ਹੋਈ ਹੈ ਥੋੜ੍ਹਾ ਟਾਈਮ ਮਾਸੀ ਤੁਸੀਂ ਪਹੁੰਚੋ ਮੈਂ ਕਿਹਾ ਮੈਂ ਆ ਰਹੀ ਤੁਹਾਡੇ ਕੋਲ ਜਿੰਨੇ ਟਾਈਮ ਨੂੰ ਅਸੀਂ ਪਹੁੰਚੇ ਸਰ ਉਸ ਟਾਈਮ ਤੱਕ ਕੁੜੀ ਨੂੰ ਮਾਰ ਚੁੱਕੇ ਸੀ ਉਹ ਕੁੜੀ ਨੂੰ ਅਸੀਂ ਮਰੀ ਹੋਈ ਪਾਇਆ ਹੈ
फिर उथे नाल ही कैमरे लगे ने उन्हें अजे चेक किए गए इन्होंने कुड़ी नूं चक चक के कंधा नाल भी मारिया गया कुड़ी नूं बहुत हालत मंदी सारे उन्दे पिट ते भी निशान ने पैरां ते भी है सर हाँ जी भी बहुत बुरी तरह भी नीचे खिंच के ले फिरे ने बहुत हालत मंदी की साड़ी धी की असं इंसाफ मां कहने सानू इंसाफ मिलना चाहिए साड़े बच्चे लिए क्योंकि जो इन्होंने किया इन्होंने कभी भी माफ नहीं किया जा सकता मुरताल भेज दिता घर वापस कुड़ी ने हॉस्पिटल ले गए डॉक्टर ने की किया डॉक्टर ने कहा मुक चुकी कुड़ी सर उधर मुक्या वर्गी आई सर आके घरे डिग गई सानू नहीं पता इन्होंने की करके भेजा कुट मारे नू पहला भी कर दे सी कल भी कुट मार कुड़ी नू कीती बहुत कुछ इहदे नाल कीता मेरे नाल कुड़ी ने गल कीती मम्मी मैनू कुट मार कीती एक बारी उहनू घरे ले आंदा उस तो बाद सुबह समान लैण वास्ते गई पता नहीं इहना की कुछ नहीं खवाया उहनू की नहीं कुड़ी कुछ नहीं जदों आई घरे डिग गई असीं मरी पाई ए मेरी बच्ची तो दाज दियां डिमांडां मंगदे सी दे हर चीज़ डिमांड इहनां समान दी रखी सस नहीं टिकन देंदी सारे घर परिवार सारा परिवार सारा तंग करता सी मेरी बच्ची नू मेरिया चार लड़कियां ने लड़का नहीं है और मेरे घर वाले ला एक्सीडेंट ना लत टूटी है काम नहीं हुंदा ना तो एक्सीडेंट होया सी लत टूटी हुई है असीं आप काम करदे आ असीं आप काम करदे आ और समान पिछे और विआह दा कर्जा चढ़िया होया उतारन पिछे असीं काम ते गए आ असि अपनी मेहनत करके मेरी लड़की ने मेनू दसिया फोन ते मम्मी मेनू मारिया है ना मैं उन्हू कहा मैं सवेरे पहुंच जावांगी वाला तो पढ़िया गला दबाया उन्दा पता नहीं की कुछ किया है मेनू कुछ नहीं पता मेरी बच्ची नू खा गए ने मेरी बच्ची मरी पाई है मैं इहदे सहुरे परिवार ने मार दिती है इन्हां दे कारवाई कीती है मेनू इंसान आप चाहिदा मेरी बच्ची ने इंसाफ देओ मेरा मेरी बच्ची ने इंसाफ मांग दिया मेरिया चार बेटिया ने मेनू इंसाफ चाहिदा इन्हां नू सजा दवाई जावे हाँ जी सर की कहना चाहोगे एक डेड बॉडी आई अपने को जी हाँ साढ़े को सुबह करीब 10:30 बजे के करीब नेहा राणी पत्नी राकेश रहन वाले चकमंत के है उन्होंने लैके आए थे वो पेरेंट्स साढ़े को जो हॉस्पिटल से लैके आए उन्होंने चैक किया तो उन्हों की पहला ही मौत हो चुकी थी सर असी जो एग्जामिन करना वो एग्जामिन किया उस ECG कराई गई फ्लैटलाइन आई तो असी डेड डिक्लेयर करता है उस तो बाद पुलिस को इनफॉर्मेशन देती सी और वो बॉडी रिसीव करने आए हुए हैं सर की लगता है सुसाइड है या कुछ पॉइजनिंग वगैरह बारो एक्सटर्नल जो अपीरियंस है उन्होंने देखने तो सब कुछ नॉर्मल ही लग रहा है कुछ यह जहाँ मिले नहीं कुछ बार इंजरी का साइन वगैरह बाकी जो है कन्फर्म पोस्टमार्टम रिपोर्ट तो है कुछ गले के निशान भी है नहीं देखने ऐसा कुछ नहीं मिले ठीक है पर यह है कि पोस्टमार्टम रिपोर्ट तो बाद ही आप कन्फर्म कर पावे कि मौत का कारण की सी ठीक की मसला सी सिविल हॉस्पिटल डेड बॉडी पई कहते परिवार वालों दोष लगाए जा रहे हैं कि सहुरे परिवार वालों कोई मारे हाँ नेहा साढ़े को ना हमने एक रुका मसूल होया नेहा पत्नी राकेश नेहा का सूँ पता लगे भी इन्हें सुसाइड कमिट किया बाकी ये संबंधी मैं मौके पर जा रहा तो ये असी जोड़ा है जी पड़ताल असी करा जे तत् सामने आने कानून अनुसार जी कार्रवाई की जाएगी
ਪਿਤਾ ਵੱਲੋਂ ਸਰ ਆਰੋਪ ਲਗਾਇਆ ਗਿਆ ਵੀ ਰਾਤ ਕੁੱਟਮਾਰ ਕੀਤੀ ਗਈ ਬੱਚੀ ਨਾਲ ਬੱਚੀ ਹਾਂ ਅਸੀਂ ਉਹ ਪੜਤਾਲ ਕਰ ਰਹੇ ਹਾਂ ਅਸੀਂ ਸਾਰੇ ਜਿੰਨੇ ਵੀ ਹੈਗੇ ਆ ਉਹਦੇ ਜਿਹੜੇ ਉਹਨਾਂ ਦੇ ਸਵਾਲ ਆ ਉਹਨਾਂ ਨੂੰ ਸਾਰੇ ਜਿਹੜੇ ਉਹਨਾਂ ਨੂੰ ਕਲਮਬੰਦ ਕਰਾਂਗੇ ਉਹਦੇ ਸੰਬੰਧੀ ਅਸੀਂ ਜਿਹੜੀ ਹੈਗੀ ਆ ਪੜਤਾਲ ਕਰਾਂਗੇ ਜਿਹੜੇ ਤਾਂ ਸਾਹਮਣੇ ਹੋਣਗੇ ਐਜ਼ ਪਰ ਲਾਅ ਕਾਰਵਾਈ ਕਰਾਂਗੇ ਅੰਮ੍ਰਿਤਸਰ ਪੁਲਿਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕਈ ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਖਾਸ ਕਰਕੇ ਭਾਰਤ ਪਾਕ ਸਰਹੱਦ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ 3 ਵਿਅਕਤੀਆਂ ਨੂੰ 4 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਲੋਕ ਅਫੀਮ ਦਾ ਕਾਰੋਬਾਰ ਕਰਦੇ ਸਨ ਅਤੇ ਪਾਕਿਸਤਾਨ ਤੋਂ ਆਏ ਹਥਿਆਰ ਵੀ ਸਨ ਇਹਨਾਂ ਕੋਲ ਪੁਲਿਸ ਨੇ ਇਹਨਾਂ ਕੋਲੋਂ ਲੱਖਾਂ ਰੁਪਏ ਦੀ ਅਫੀਮ ਅਤੇ ਕਾਲੇ ਧਨ ਸਮੇਤ 2 ਆਲੀਸ਼ਾਨ ਕਾਰਾਂ ਬਰਾਮਦ ਕੀਤੀਆਂ ਹਨ ਫਿਰੋਜ਼ਪੁਰ ਵਿੱਚ ਦਿਨ ਪ੍ਰਤੀ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਛਾਉਣੀ ਵਿੱਚ ਡੀਏਵੀ ਕਾਲਜ ਨੇੜੇ ਇੱਕ ਵਿਅਕਤੀ ਤੋਂ 3 ਲੱਖ ਦੀ ਨਕਦੀ ਅਤੇ ਸਟੈਂਪ ਪੇਪਰ ਅਤੇ ਟਿਕਟਾਂ ਵਾਲਾ ਬੈਗ ਲੁੱਟ ਲਿਆ ਗਿਆ ਅਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕਰ ਰਹੀ ਹੈ ਕ੍ਰਾਈਮ ਨੂੰ ਰੋਕਣ ਲਈ ਜਨਤਾ ਨੂੰ ਅਲਰਟ ਤੇ ਅਵੇਅਰ ਹੋਣਾ ਪਊਗਾ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਅੱਜ ਮਾਂ ਪਿਓ ਬੇਦਖਲ ਕਰ ਰਹੇ ਆ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਇੱਕ ਨਵਾਂ ਵਿਸ਼ਵਾਸ ਆਇਆ ਕਿ ਲੋਕ ਜਾਗਰੂਕ ਹੋਏ ਆ ਨਸ਼ੇੜੀਆਂ ਨੂੰ ਕੁੱਟਣ ਲੱਗੇ ਆ ਕਿਉਂਕਿ ਪਹਿਲੀ ਸਰਕਾਰ 'ਚ ਜੇ ਤੁਸੀਂ ਕਿਸੇ ਨਸ਼ਾ ਵੇਚਣ ਵਾਲੇ ਨੂੰ ਕੁੱਟਦੇ ਸੀ ਤਾਂ ਪਿੱਛੋਂ ਖੂਨ ਆ ਜਾਂਦਾ ਸੀ ਨਸ਼ਾ ਤਸਕਰਾਂ ਲਈ ਲੇਕਿਨ ਮੈਂ ਤੁਹਾਨੂੰ ਅੱਜ ਯਕੀਨ ਨਾਲ ਦਵਾਉਣਾ ਕਿ ਮੈਨੂੰ 1.25 ਸਾਲ MLA ਬਣੇ ਨੂੰ ਹੋ ਗਿਆ ਮੇਰੀਆਂ ਕਾਲ ਡਿਟੇਲਸ ਘਟਾ ਲਓ ਕਿਸੇ ਕੋਈ ਪੁਲਿਸ ਨੂੰ ਫੋਨ ਨਹੀਂ ਜਾਂਦੇ ਵਾਰ ਵਾਰ SHO ਨੂੰ ਫੋਨ ਨਹੀਂ ਜਾਂਦੇ ਮੈਨੂੰ ਛੱਡ ਦਿਓ ਇਹਨੂੰ ਫੜ ਲਓ ਪੁਲਿਸ ਆਪਣੀ ਮਰਜ਼ੀ ਕਰ ਰਹੀ ਆ ਔਰ ਪੁਲਿਸ ਨੇ ਪ੍ਰੋਗਰੈਸ ਵੀ ਦਿੱਤੀ ਆ ਮੈਂ ਇਹ ਨਹੀਂ ਕਹਿੰਦਾ ਕਿ 100% ਰਿਜ਼ਲਟ ਆ ਗਏ ਆ ਲੇਕਿਨ ਕਾਫੀ ਚੰਗੇ ਰਿਜ਼ਲਟ ਆ ਰਹੇ ਆ ਔਰ ਤੁਸੀਂ ਇਹ ਦੇਖਿਆ ਕਿ ਪਹਿਲੀ ਵਾਰ ਉਹਨਾਂ ਹੋਟਲਾਂ 'ਚ ਛਾਪੇ ਪਏ ਆ ਜੂਏਬਾਜ ਵੱਡੇ ਪੋਲੀਟੀਕਲ ਨਾਂ ਵਾਲੇ ਲੋਕ ਫੜੇ ਗਏ ਆ ਔਰ SSP ਸਾਹਿਬ ਆ ਫੜਨ ਗਏ ਆ ਸੋ ਦੇਖੋ
असी अपनी जो कर सकते हैं सरकार वालों असी वधिया कप्तान लिया और सानू अपने ऑफिसर से पूरा कॉन्फिडेंस आ भी ये सारा कुछ कर लेंगे और यह मैनेज हो जूगा असी बंदे रब ला जी ते कितों ताडे कोलो जिहड़ा खोया या की होया की सीगा पूरा मामला डॉक्टर नूं आ रहा सी जी ते मेरे कोल इन्हां ने टक्कर मारी मेरे स्कूटर च मुंडे तीन मुंडे जी उन्होंने पन्ना बन्नया होया सी ते उहनां कोल कापे सी तीनां कोल जी ते उन्होंने मेरा जदों मैं उठिया उन्होंने वेखण वास्ते उन्होंने मेरा बैग चक्के भज गया जी तुसीं कीहड़ी जगह तों आ रहे सी ते कित्थे जा रहे सी मैं डीसी विच कम करदा सी स्टैमेंडर दा ते मैं अपने घर जा रहा जी ते किन्ने पैसे सीगे बैग दे विच होर की की समान 3 लाख रुपए कैश सी जी दो रिश्ते सी4 लाख रुपए दसो मेरा कदों पूरा होएगा जी सारी उम्र नहीं मेरे को बनना जी सू फिर मरना ही पैना की मांग की करते प्रशासन जब तेन की मांग करनी जी प्रशासन ने कुछ करना ही नहीं जी तुम्हें पता कि भी पैसे खोए कोई मिले किसी के पैसे बस इन्होंने इंक्वायरी करनी बस खत्म हुआ काम जी की नाम है सर विकास बंसल जी दोस्तों ये साड़ियां आज दिया खास खबर नवीं ते ताज़ा खबर के नाल सामने फिर तो रूबरू होवांगे तद तक मैनू यानी कि तजिंदर कौर नूं दिओ इजाजत रब रखा।